ਕੈਨੇਡੀਅਨ ਖਬਰਨਾਮਾ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਆ। IRCC ਨੇ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਲਈ ਸ਼੍ਰੇਣੀ ਆਧਾਰਿਤ ਐਕਸਪ੍ਰੈਸ ਐਂਟਰੀ ਡਰਾਫ ਵਿੱਚ 3200 ਉਮੀਦਵਾਰਾਂ ਨੂੰ ਸੱਦਾ ਦੇ ਦਿੱਤਾ। ਇਮੀਗ੍ਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਇਸ ਮਹੀਨੇ ਦੇ ਚੌਥੇ ਐਕਸਪ੍ਰੈਸ ਐਂਟਰੀ ਡਰਾਫ ਵਿੱਚ ਅਪਲਾਈ ਕਰਨ ਲਈ ਸੱਦਾ ਪੱਤਰ ਜਾਰੀ ਕਰ ਦਿੱਤਾ। ਵਿਭਾਗ ਨੇ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਲਈ ਸ਼੍ਰੇਣੀ ਆਧਾਰਿਤ ਚੋਣ ਡਰਾਫ ਵਿੱਚ 3200 ITA ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ ਘੱਟ ਵਿਆਪਕ ਰੈਂਕਿੰਗ ਸਿਸਟਮ CRS ਸਕੋਰ 420 ਦੀ ਜ਼ਰੂਰਤ ਹੁੰਦੀ ਹੈ। ਅੱਜ ਦਾ ਡਰਾ 5 ਜੁਲਾਈ ਦੇ ਵਿਚਕਾਰ ਪਿਛਲੇ ਹਫ਼ਤੇ ਦੇ 3 ਡਰਾਂ ਦੇ ਨੇੜੇ ਹੈ। 2 ਜੁਲਾਈ ਦੇ ਡਰਾ ਵਿੱਚ ਸਿਰਫ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ PNP ਡਰਾ ਵਿੱਚ 920 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ ਘੱਟ ਸਕੋਰ 739 ਦੀ ਜ਼ਰੂਰਤ ਹੈ। ਅਤੇ ਉੱਥੇ ਦੱਸ ਦੇ ਕਿ ਬਾਕੀ 2 ਡਰਾ ਸ਼੍ਰੇਣੀ ਆਧਾਰ ਚੋਣ ਡਰਾ ਸਨ। ਪਹਿਲਾ 4 ਜੁਲਾਈ ਨੂੰ ਹੋਇਆ ਸੀ ਅਤੇ ਵਪਾਰਕ ਕਿੱਤਿਆਂ ਦੇ ਉਮੀਦਵਾਰਾਂ ਨੂੰ 1800 ITA ਜਾਰੀ ਕੀਤੇ ਅਤੇ ਦੂਜਾ 5 ਜੁਲਾਈ ਨੂੰ ਹੈਲਥ ਕੇਅਰ ਕਿੱਤਿਆਂ ਵਿੱਚ 3750 ਉਮੀਦਵਾਰਾਂ ਲਈ ਸੀ। ਕੁੱਲ ਮਿਲਾ ਕੇ ਇਹ ਮਹੀਨਾ ਹੁਣ ਤੱਕ ਐਕਸਪ੍ਰੈਸ ਐਂਟਰੀ ਡਰਾ ਵਿੱਚ ਕਾਫ਼ੀ ਵਿਅਸਤ ਰਿਹਾ। IRCC ਆਮ ਤੌਰ 'ਤੇ ਹਰ ਦੂਜੇ ਹਫ਼ਤੇ ਡਰਾ ਰੱਖਦਾ। ਔਸਤਨ ਹਰ ਮਹੀਨੇ 2-4 ਡਰਾ ਹੁੰਦੇ ਨੇ। ਤੁਲਨਾਤਮਕ ਤੌਰ 'ਤੇ ਅਪ੍ਰੈਲ 4 ਡਰਾ ਦਿਖਾਉਣ ਵਾਲਾ ਆਖਰੀ ਮਹੀਨਾ ਸੀ ਅਤੇ ਫਰਵਰੀ 6 ਦੇ ਨਾਲ ਸਾਲ ਦਾ ਹੁਣ ਤੱਕ ਦਾ ਸਭ ਤੋਂ ਵਿਅਸਤ ਮਹੀਨਾ ਗਿਆ। ਅਤੇ ਇਸ ਸਾਲ ਸ਼੍ਰੇਣੀ ਆਧਾਰਿਤ ਚੋਣ ਡਰਾ ਵਿੱਚ ਜਾਰੀ ਕੀਤੇ ਗਏ ITA ਦੇ 30% ਲਈ ਫ੍ਰੈਂਚ ਪ੍ਰਵੀਨਤਾ ਡਰਾ ਹੋਣ ਦੀ ਉਮੀਦ ਹੈ। ਅਤੇ ਅੱਜ ਦੇ IRCC ਨੇ ਇਸ ਸ਼੍ਰੇਣੀ ਦੇ ਲਈ ਇਸ ਸਾਲ ਦੇ ਯੋਗ ਉਮੀਦਵਾਰਾਂ ਨੂੰ 15600 ITA ਜਾਰੀ ਕੀਤੇ ਨੇ। 2024 ਵਿੱਚ ਐਕਸਪ੍ਰੈਸ ਐਂਟਰੀ ਡਰਾ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਮਿਤੀ ਡਰਾ ਕਿਸਮ ITA ਘੱਟੋ ਘੱਟ CR ਸੰਖਿਆ ਦੀ ਜੇਕਰ ਗੱਲ ਕਰਾਂ ਤਾਂ ਇਸ ਵਿੱਚ July 8 ਫਰਾਂਸੀਸੀ ਮੁਹਾਰਤ 3200 ਅਤੇ CR ਸਕੋਰ 420। July 8 ਹੈਲਥ ਕੇਅਰ ਪੇਸ਼ੇ ਦੀ ਗੱਲ ਕੀਤੀ ਜਾਵੇ ਤਾਂ 3750 ਅਤੇ ਸਕੋਰ 445। 4 ਜੁਲਾਈ ਨੂੰ ਵਪਾਰਕ ਕਿੱਤਿਆਂ ਵਿੱਚ 1800 ਲੋਕਾਂ ਨੂੰ ਜਿੱਥੇ ਸੱਦਾ ਦਿੱਤਾ ਗਿਆ ਅਤੇ 436 ਦਾ ਸਕੋਰ ਨਿਕਲ ਕੇ ਆਇਆ। ਅਤੇ 2 ਜੁਲਾਈ ਨੂੰ ਸੂਬਾਈ ਨਾਮਜ਼ਦ ਪ੍ਰੋਗਰਾਮ ਦੇ ਵਿੱਚ 920 ਲੋਕਾਂ ਨੂੰ ਸੱਦਾ ਦਿੱਤਾ ਗਿਆ ਅਤੇ 739। June 19 ਦੇ ਨਾਮਜ਼ਦ ਪ੍ਰੋਗਰਾਮਾਂ ਦੇ ਵਿੱਚ ਸੂਬੇ ਨੇ 1499 ਅਤੇ ਸਕੋਰ 663 ਅਤੇ May 31 ਨੂੰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 3000 ਅਤੇ ਸਕੋਰ 522 ਅਤੇ May 30 ਨੂੰ ਨਾਮਜ਼ਦ ਪ੍ਰੋਗਰਾਮ ਦੇ ਵਿੱਚ ਜਿੱਥੇ 2985 ਅਤੇ ਸਕੋਰ 676। April ਵਿੱਚ 24 ਫ੍ਰੈਂਚ ਨਿਪੁੰਨਤਾ ਲਈ 1400 ਲੋਕਾਂ ਨੂੰ ਸੱਦਾ ਦਿੱਤਾ ਗਿਆ ਅਤੇ 410 ਸਕੋਰ ਸੀ। April 23 ਨੂੰ ਜਨਰਲ ਕੈਟਾਗਰੀ ਦੀ ਗੱਲ ਕੀਤੀ ਜਾਵੇ ਤਾਂ 2095 ਲੋਕਾਂ ਨੂੰ ਸੱਦਾ ਜਿੱਥੇ ਦਿੱਤਾ ਗਿਆ ਅਤੇ ਇਸ ਦੇ ਵਿੱਚ 529 ਸਕੋਰ ਦਰਜ ਹੋਏ ਨੇ। April 11 ਨੂੰ STEM ਕਿੱਤੇ ਵਿੱਚ 4500 ਲੋਕ ਅਤੇ ਸਕੋਰ 491। April 10 ਦੇ ਵਿੱਚ ਜਨਰਲ ਕੈਟਾਗਰੀ ਦੇ ਅੰਦਰ 1280 ਲੋਕਾਂ ਨੂੰ ਸੱਦਾ ਦਿੱਤਾ ਗਿਆ ਅਤੇ 549 ਸਕੋਰ ਦਰਜ ਕੀਤਾ ਗਿਆ। ਅਤੇ April ਵਿੱਚ 11 STEM ਕਿੱਤਿਆਂ ਵਿੱਚ 4500 ਲੋਕਾਂ ਨੂੰ ਸੱਦਾ ਦਿੱਤਾ ਗਿਆ ਅਤੇ 491 ਦਾ ਸਕੋਰ ਰਿਹਾ। April ਵਿੱਚ 10 ਜਨਰਲ ਜਿੱਥੇ ਕੈਟਾਗਰੀਆਂ ਦੇ ਵਿੱਚ April 10 ਦੇ ਅੰਦਰ ਜਨਰਲ ਕੈਟਾਗਰੀਆਂ 1280 ਅਤੇ 500
49 ਸਕੋਰ ਦਰਜ ਕੀਤਾ ਗਿਆ ਅਤੇ ਮਾਰਚ 26 ਨੂੰ ਫਰੈਂਚ ਭਾਸ਼ਾ ਦੀ ਮਹਾਰਤ ਵਾਲੇ ਲੋਕਾਂ ਨੂੰ 1500 ਦੀ ਜਿੱਥੇ ਗਿਣਤੀ ਸੀ ਅਤੇ ਸਕੋਰ 338 ਅਤੇ 388 ਮਾਫ ਕਰਨਾ ਅਤੇ ਮਾਰਚ 25 ਜਨਰਲ ਕੈਟਾਗਰੀ ਦੇ ਵਿੱਚ 1980 ਅਤੇ ਸਕੋਰ 524 ਮਾਰਚ 13 ਨੂੰ ਆਵਾਜਾਈ ਕਿੱਤਿਆਂ ਦੇ ਅੰਦਰ 975 ਲੋਕ ਅਤੇ 430 ਦਾ ਸਕੋਰ ਮਾਰਚ 12 ਨੂੰ ਜਨਰਲ ਕੈਟਾਗਰੀ ਦੇ ਵਿੱਚ 2850 ਲੋਕ ਸਕੋਰ 525 ਫਰਵਰੀ ਦੀ ਗੱਲ ਕੀਤੀ ਜਾਵੇ ਤਾਂ ਫਰਵਰੀ 29 ਨੂੰ ਫਰੈਂਚ ਭਾਸ਼ਾ ਦੀ ਮਹਾਰਤ ਵਾਲੇ ਲੋਕ 2500 ਸਨ ਅਤੇ ਜਿਹਦੇ ਵਿੱਚ 336 ਸਕੋਰ ਸੀ ਫਰਵਰੀ ਦੇ ਵਿੱਚ 28 ਫਰਵਰੀ ਦੀ ਗੱਲ ਕਰਾਂ ਤਾਂ ਜਨਰਲ ਕੈਟਾਗਰੀ ਵਿੱਚ 1470 ਲੋਕ ਅਤੇ 534 ਦਾ ਜਿਹੜਾ ਸਕੋਰ ਸੀ ਅਤੇ 16 ਫਰਵਰੀ ਖੇਤੀਬਾੜੀ ਅਤੇ ਖੇਤੀ ਭੋਜਨ ਕਿੱਤਿਆਂ ਵਿੱਚ 150 ਲੋਕਾਂ ਨੂੰ ਜਿੱਥੇ ਸੱਦਾ ਦਿੱਤਾ ਗਿਆ ਜਿਸ ਵਿੱਚ 437 ਸਕੋਰ ਸੀ ਅਤੇ ਫਰਵਰੀ 'ਚ ਹੈਲਥ ਕੇਅਰ ਪੇਸ਼ੇ ਦੇ ਅੰਦਰ 3500 ਲੋਕ ਅਤੇ 422 ਦਾ ਸਕੋਰ ਸੀ ਫਰਵਰੀ 13 ਨੂੰ ਜਨਰਲ ਕੈਟਾਗਰੀ 'ਚ 1490 ਅਤੇ 535 ਦਾ ਸਕੋਰ ਫਰਵਰੀ 1 ਨੂੰ ਫਰੈਂਚ ਭਾਸ਼ਾ ਦੀ ਮਹਾਰਤ ਦੇ ਅੰਦਰ 7000 ਲੋਕਾਂ ਨੂੰ ਸੱਦਿਆ ਗਿਆ ਅਤੇ 365 ਜੋ ਸਕੋਰ ਸੀ ਅਤੇ ਫਰਵਰੀ ਜਨਵਰੀ 31 ਨੂੰ ਜਨਰਲ 'ਚ 730 ਅਤੇ ਸਕੋਰ 541 ਜਨਵਰੀ 23 ਨੂੰ ਜਨਰਲ ਦੇ ਵਿੱਚ 1040 ਲੋਕਾਂ ਨੂੰ ਸੱਦਾ ਦਿੱਤਾ ਗਿਆ ਅਤੇ 543 ਦਾ ਸਕੋਰ ਸੀ ਜਨਵਰੀ 10 ਦੇ ਵਿੱਚ ਜਨਰਲ ਕੈਟਾਗਰੀ ਦੇ ਵਿੱਚ 1510 ਲੋਕਾਂ ਨੂੰ ਸੱਦਾ ਅਤੇ 546 ਦਾ ਸਕੋਰ ਸੀ ਅਤੇ ਐਕਸਪ੍ਰੈਸ ਐਂਟਰੀ ਬਾਰੇ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਈਏ ਕਿ ਆਖਿਰ ਐਕਸਪ੍ਰੈਸ ਐਂਟਰੀ ਹੈ ਕੀ ਐਕਸਪ੍ਰੈਸ ਐਂਟਰੀ 3 ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਲਈ IRCC ਦੀ ਐਪਲੀਕੇਸ਼ਨ ਪ੍ਰਬੰਧਕ ਪ੍ਰਣਾਲੀ ਹੈ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ FSWP ਕੈਨੇਡੀਅਨ ਐਕਸਪੀਰੀਅੰਸ ਕਲਾਸ CEC ਅਤੇ ਫੈਡਰਲ ਸਕਿੱਲਡ ਟ੍ਰੇਡ ਪ੍ਰੋਗਰਾਮ FSTP 2015 ਵਿੱਚ ਕੈਨੇਡਾ ਦੇ ਕਰਮਚਾਰੀਆਂ ਅਤੇ ਆਰਥਿਕਤਾ ਵਿੱਚ ਏਕੀਕਰਨ ਹੋਣ ਦੇ ਸਭ ਤੋਂ ਵਧੀਆ ਮੌਕੇ ਵਾਲੇ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਸਿੰਗਲ ਆਊਟ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਹਰੇਕ ਵੱਖ ਵੱਖ ਯੋਗਤਾ ਮਾਪਦੰਡ ਦੇ ਹੁੰਦੇ ਨੇ ਪਰ ਸਾਰੇ ਉਮੀਦਵਾਰਾਂ ਦੇ ਮੁਲਾਂਕਣ ਵਿਆਪਕ ਦਰਜਾਬੰਦੀ ਪ੍ਰਣਾਲੀ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ ਸਿਸਟਮ ਮਨੁੱਖੀ ਪੂੰਜੀ ਦੇ ਕਾਰਕ ਜਿਵੇਂ ਕਿ ਉਮਰ ਭਾਸ਼ਾ ਯੋਗਤਾ ਸਿੱਖਿਆ ਕੰਮ ਦਾ ਤਜਰਬਾ ਪੇਸ਼ੇ ਦੇ ਆਧਾਰਿਤ ਉਮੀਦਵਾਰਾਂ ਨੂੰ ਸੰਖਿਆਤਮਕ ਸਕੋਰ ਨਿਰਧਾਰਿਤ ਕਰਦਾ ਇਹ ਸਕੋਰ ਇਕੱਠੇ ਜੋੜੇ ਜਾਂਦੇ ਨੇ ਅਤੇ ਇੱਕ ਸਮੁੱਚਾ CRS ਸਕੋਰ ਬਣਦਾ ਸਕੋਰ ਜਿੰਨਾ ਉੱਚਾ ਹੋਵੇਗਾ ਇੱਕ ਉਮੀਦਵਾਰ ਨੂੰ ਆਉਣ ਵਾਲੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ IRCC ਅਤੇ ITA ਪ੍ਰਾਪਤ ਕਰਨ ਦੀ ਜ਼ਿਆਦਾ ਸੰਭਾਵਨਾ ਹੋਵੇਗੀ ਸ਼੍ਰੇਣੀ ਆਧਾਰਿਤ ਚੋਣ ਆਖਿਰ ਹੈ ਕੀ ਸ਼੍ਰੇਣੀ ਆਧਾਰਿਤ ਚੋਣ ਡਰਾਅ 2023 ਵਿੱਚ IRCC ਦੁਆਰਾ ਉਹਨਾਂ ਉਮੀਦਵਾਰਾਂ ਨੂੰ ਹੋਰ ਨਿਸ਼ਾਨੇ ਬਣਾਉਣ ਦੇ ਤਰੀਕਿਆਂ ਵਜੋਂ ਪੇਸ਼ ਕੀਤੇ ਜਾਂਦੇ ਨੇ ਜ਼ਰੂਰੀ ਕਰਮਚਾਰੀਆਂ ਦੇ ਅੰਤਰ ਨੂੰ ਭਰ ਸਕਦੇ ਨੇ 6 ਸ਼੍ਰੇਣੀਆਂ ਵਿੱਚ ਚੋਣ ਸੰਬੰਧ ਹਿੱਸੇਦਾਰਾਂ ਦੇ ਨਾਲ ਨਾਲ ਸੂਬਾਈ ਅਤੇ ਖੇਤਰੀ ਸਰਕਾਰਾਂ ਨਾਲ ਵਿਆਪਕ ਸਲਾਹ ਮਸ਼ਵਰੇ ਤੋਂ ਬਾਅਦ ਕੀਤੀਆਂ ਜਾਂਦੀਆਂ ਨੇ ਮੌਜੂਦਾ ਸ਼੍ਰੇਣੀਆਂ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਸੰਭਾਲ ਕਿੱਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਅਤੇ ਗਣਿਤ ਦੇ ਪੇਸ਼ੇ ਆਵਾਜਾਈ ਦੇ ਕਿੱਤੇ ਅਤੇ ਇਹਦੇ ਨਾਲ ਹੀ ਵਪਾਰਕ ਕਿੱਤੇ ਜਿਵੇਂ ਕਿ ਤਰਖਾਣ ਪਲੰਬਰ ਅਤੇ ਠੇਕੇਦਾਰੀ ਸਿਸਟਮ ਖੇਤੀ ਅਤੇ ਖੇਤੀ ਭੋਜਨ ਦੇ ਕਿੱਤੇ ਫਰੈਂਚ ਭਾਸ਼ਾ ਦੀ ਮਹਾਰਤ ਇਹ 2025 ਤੱਕ ਲਾਗੂ ਰਹਿਣਗੇ ਇਸ ਜਿਸ ਸਮੇਂ ਇਹ ਕੈਨੇਡਾ ਦੇ ਲੇਬਰ ਫੋਰਸ ਦੀਆਂ ਮੰਗਾਂ ਦੇ ਅਨੁਕੂਲ ਹੋਣ ਲਈ ਬਦਲ ਸਕਦੇ ਨੇ ਫਰੈਂਚ ਮਹਾਰਤ ਨੂੰ ਛੱਡ ਕੇ ਸਾਰੀ ਸ਼੍ਰੇਣੀਆਂ ਵਿੱਚ ਯੋਗ ਉਮੀਦਵਾਰਾਂ ਨੂੰ ਇੱਕ ਕਿੱਤੇ ਵਿੱਚੋਂ ਘੱਟੋ ਘੱਟ 6 ਮਹੀਨੇ ਦੇ ਸੰਬੰਧਿਤ ਕੰਮ ਦੇ ਤਜਰਬੇ ਦੀ ਲੋੜ ਹੁੰਦੀ ਹੈ ਇੱਕ ਯੋਗ ਰਾਸ਼ਟਰੀ ਕਿੱਤਾ ਵਰਗੀਕਰਨ
NOC ਕੋਡ ਦੇ ਅਧੀਨ ਆਉਂਦਾ। ਫਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਜਿੱਥੇ ਗੱਲ ਕੀਤੀ ਜਾਵੇ ਤਾਂ ਪੜ੍ਹ ਲਿਖਣ ਬੋਲਣ ਸੁਣਨ ਵਿੱਚ ਘੱਟੋ ਘੱਟ 7 ਅੰਕ ਦੇ ਨਾਲ ਫਰੈਂਚ ਭਾਸ਼ਾ ਦੇ ਟੈਸਟ ਦਾ ਨਤੀਜਿਆਂ ਦੀ ਵੀ ਜਿੱਥੇ ਜ਼ਰੂਰਤ ਹੁੰਦੀ ਆ। ਸੋ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ। ਦੇਸ਼ ਦੁਨੀਆ ਤਮਾਮ ਖਬਰਾਂ ਦੇਖਣ ਵਾਸਤੇ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ।